ਉਹਨੇ ਇਹ ਕਲਰ ਹੁੰਦਾ ਇਹਦੇ ਵਿੱਚ ਕਲਰ ਕਲਰ ਟਿਊਬ ਠੀਕ ਹੈ ਡਿਵੈਲਪਰ ਗਲਵਸ ਬ੍ਰੱਸ਼ ਸਾਰਾ ਕੁਛ ਹੁੰਦਾ ਇਹਦੇ 'ਚ ਮੈਡੀਕਲ ਤੋਂ ਜਾਊਂਗੇ ਤੁਹਾਨੂੰ 150 ਰੁਪਏ ਦਾ ਮਿਲਣਾ ਮੈਂ ਤੁਹਾਨੂੰ ਕਿੰਨੇ ਦਾ ਦੇਣਾ 60 ਰੁਪਏ ਦਾ ਸਿਰਫ 60 ਰੁਪਏ ਦਾ ਦੇਖੋ ਬੇਬੀ ਆਈਟਮ ਵੀ ਹੁੰਦੀ ਹੈ ਆਪਣੇ ਕੋਲ ਆਹ ਬੋਨੀ ਦੀ ਬੋਟਲ ਹੈ ਜੀ ਬੱਚਿਆਂ ਲਈ ਚੁੰਘਣੀਆਂ ਕਹਿ ਦਿੰਦੇ ਹਾਂ ਦੁੱਧ ਪੀਂਦੇ ਬੱਚੇ ਇਹਦੇ 'ਚ 55 ਰੁਪਏ ਐਮ ਆਰ ਪੀ ਹੈ ਠੀਕ ਹੈ ਜੀ ਪੈਣੀ ਕਿੰਨੇ ਦੀ ਹੈ 18 ਰੁਪਏ ਦੀ 55 ਵਾਲੀ 18 ਰੁਪਏ ਦੀ ਔਰ ਮੈਡੀਕਲ 'ਤੇ ਲੈਣ ਜਾਊਂਗੇ ਇਹਨਾਂ ਨੇ ਕਹਿਣਾ 55 ਵਾਲੀ 50 ਦੇ ਦਿਓ ਜੇ ਵਧੀਆ ਪ੍ਰੋਫੈਸ਼ਨਲ ਪਾਰਲਰ ਹੈਗਾ ਉਹ ਫਿਰ ਇੱਦਾਂ ਦੇ ਸੋਹਣੇ ਸੋਹਣੇ ਲੈ ਕੇ ਜਾਂਦੇ ਪਾਊਡਰ ਵਾਈਟ ਡਾਇਮੰਡ ਦਾ ਪਾਊਡਰ ਹੈ ਫਰੈਗਨੈਂਸ ਇੰਨੀ ਘੈਂਟ ਹੈ ਪੈਣਾ ਕਿੰਨੇ ਦਾ 40 ਰੁਪਏ ਦਾ ਵੈਸੇ ਕਿੰਨੇ ਦਾ ਉੱਦਾਂ ਦੇਖ ਲਓ ਰੱਬ ਤੁਹਾਡਾ ਭਲਾ ਕਰੇ 125 ਰੁਪਏ ਐਮ ਆਰ ਪੀ ਬਾਇਓ ਦੀ ਬਲੀਚ ਹੈ ਹਾਂਜੀ ਵੀਰੇ ਐਮ ਆਰ ਪੀ ਕਿੰਨੀ ਹੈ 360 ਰੁਪਏ ਐਮ ਆਰ ਪੀ ਹੈ ਫਰੈਸ਼ ਰੇਟ ਦਾ ਮਾਲ ਹੋਏਗਾ ਕਿੰਨੇ ਦੀ ਪੈਣੀ ਬਲੀਚ 50 ਰੁਪਏ ਦੀ 360 ਵਾਲੀ 50 ਰੁਪਏ ਦੀ ਇਹ ਹੈਗੀ ਅਨੇਗਾ ਦੀ ਟਿਊਬ ਇਹਨੂੰ ਕਹਿੰਦੇ ਕਲਰ ਟਿਊਬ ਔਰ ਹਰਬਲ ਦੇ ਵਿੱਚ ਆਉਂਦੀ ਹੈ ਓਕੇ ਵੀਰੇ ਇਹ ਪ੍ਰੋਫੈਸ਼ਨਲ ਟਿਊਬ ਹੁੰਦੀ ਹੈ ਜਿੱਦਾਂ ਪਾਰਲਰ ਵਾਲੇ ਸਲੂਨ ਵਾਲੇ ਲਾਉਂਦੇ ਆ ਓਕੇ ਵੀਰੇ ਇਹਦੀ ਐਮ ਆਰ ਪੀ ਕਿੰਨੀ ਹੈ 150 ਰੁਪਏ ਐਮ ਆਰ ਪੀ ਹਾਂਜੀ ਵੀਰੇ ਪੈਣੀ ਕਿੰਨੇ ਦੀ 70 ਰੁਪਏ ਦੀ ਓਕੇ ਵੀਰੇ 140 ਰੁਪਏ ਦੀਆਂ 2 ਟਿਊਬਾਂ ਦਵਾਂਗਾ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਫਿਰ ਫੀਲਡ ਲਗਾਉਣ ਜਾਏ ਸਾਗਰ ਬਾਈ ਕੋਲ ਹੋਰ ਆਇਆ ਬਾਈ ਕੋਲ ਸਮਾਨ ਨਵਾਂ ਬਹੁਤ ਹੀ ਜ਼ਿਆਦਾ ਸਸਤੇ ਰੇਟਾਂ ਦੇ ਇਹ ਦੇਖੋ ਇਹ ਲੱਗੇ ਆ ਕਲੀਨਜ਼ਿੰਗ ਮਿਲਕ ਹਾਂਜੀ ਵੀਰੇ ਠੀਕ ਹੈ ਜੀ ਕਲੀਨਜ਼ਿੰਗ ਮਿਲਕ ਹੈ ਜਿੱਥੋਂ ਮਰਜ਼ੀ ਲਓ ਤੁਸੀਂ ਹੋਲਸੇਲ ਤੁਹਾਨੂੰ 100 ਰੁਪਏ ਦਾ ਮਿਲੇਗਾ ਘੱਟੋ ਘੱਟ ਠੀਕ ਹੈ ਮੈਂ ਤੁਹਾਨੂੰ ਕਿੰਨੇ ਦੇਵਾਂਗਾ 50 ਰੁਪਏ ਦਾ ਬੱਲੇ ਬਾਈ ਸਿਰਫ 50 ਰੁਪਏ ਦਾ ਤੁਹਾਨੂੰ ਹੁਣ ਐਸੀਟੋਨ ਹੈ ਤੁਸੀਂ ਮੈਡੀਕਲ ਤੇ ਜਾਓਗੇ ਤੁਹਾਨੂੰ 100 ਰੁਪਏ ਦਾ ਮਿਲਣਾ ਐਸੀਟੋਨ ਹਾਈਡਰੋਜਨ ਹਾਈਡਰੋਜਨ ਤੁਹਾਨੂੰ ਮੈਡੀਕਲ ਤੋਂ ਘੱਟੋ ਘੱਟ 100 ਰੁਪਏ ਦਾ ਮਿਲੇਗਾ ਮੈਂ ਤੁਹਾਨੂੰ ਕਿੰਨੇ ਦਾ ਦੇਣਾ 10 ਰੁਪਏ ਦਾ 100 ਰੁਪਏ ਵਾਲਾ 10 ਰੁਪਏ ਦਾ ਓਰੀਜਨਲ ਹਾਈਡਰੋਜਨ ਹੈ ਸਿਰਫ ਇਹ ਆ ਚੀਜ਼ ਜਦੋਂ ਤੁਹਾਨੂੰ ਲੋੜ ਆ ਉਹਦਾ ਮੁੱਲ ਵੱਧ ਜਾਂਦਾ ਜੇ ਤੁਹਾਨੂੰ ਇਹਦੀ ਲੋੜ ਪੈ ਗਈ ਨਾ ਤੁਸੀਂ ਹਾਈਡਰੋਜਨ ਲੈਣ ਜਾਣਾ ਮੈਡੀਕਲ ਤੋਂ ਜਿਆਦਾ ਮੁੱਲ ਵੱਧ ਜਾਂਦਾ ਬੰਦੇ ਨੂੰ ਲੋੜ ਹੈਗੀ ਹੈ ਤੇ ਹੈਗਾ ਕਿੰਨੇ ਦਾ 10 ਰੁਪਏ ਦਾ ਉਹਦਾ ਫਾਇਦਾ ਉਠਾਉਂਦੇ ਫਿਰ ਹਾਂ ਇਹ ਪੈਰਿਸ ਪਰਫਿਊਮ ਹੈ ਦੇਖੋ ਨਾ ਯਾਰ ਬਲੈਕ ਹੈ ਲੱਗਦਾ ਇਹ ਦੇਖੋ ਠੀਕ ਹੈ ਜੀ ਤੁਸੀਂ 100 ਰੁਪਏ ਦਾ ਸੇਲ ਕਰਨਾ ਤੁਹਾਨੂੰ 100 ਰੁਪਏ ਦੇ 3 ਪੀਸ ਦਵਾਂਗਾ ਹਾਂਜੀ ਬਾਈ ਸਾਗਰ ਸਾਗਰ ਹੁੰਦੀ ਹੈ ਮੈਂ ਕਿਹਾ ਪ੍ਰਭੂ ਇਹ ਸਾਰੀ ਮਾਲਕ ਦੀ ਮਿਹਰ ਹੈਗੀ ਹੈ ਮੈਂ ਰੇਟ ਲੈ ਰਿਹਾ ਤਾਂ ਹੀ ਤੁਹਾਨੂੰ ਦੇ ਪਾ ਰਿਹਾ ਨਹੀਂ ਤੇ ਜੇ ਮੈਨੂੰ ਗਾਂ ਰੇਟ ਨਾ ਮਿਲਦੇ ਮੈਂ ਤੁਹਾਨੂੰ ਨਾ ਦੇ ਪਾਂਗਾ ਹਾਂ ਇਹ ਤਾਂ ਗੱਲ ਹੈ ਵੀਰੇ ਹਨਾ ਤੇ ਮਾਰਜਨ ਨੂੰ ਇਕੱਠਾ ਚੱਕਦੇ ਆ ਹੁਣ ਇਹ ਦੇਖੋ ਇਹ ਕੇਐਸ ਦਾ ਡੀਓ ਹੈ ਹਾਂਜੀ ਵੀਰੇ ਠੀਕ ਹੈ ਜੀ ਐਮ ਆਰ ਪੀ ਹੈਗੀ 370 ਰੁਪਏ ਓਕੇ ਵੀਰੇ 300 ਰੁਪਏ ਦੇ 2 ਪੀਸ 300 ਦੇ 2 ਪੀਸ ਓਕੇ 300 ਦੇ 2 ਪੀਸ 370 ਵਾਲੇ ਹਾਂ ਦੇ ਵਿੱਚ ਤੁਸੀਂ 300 ਦੇ 2 ਹੀ ਦੇ ਦੋਗੇ 300 ਦੇ 2 ਦੇ ਦਾਂਗੇ ਹੁਣ ਇਹ ਦੇਖੋ ਇਹ ਹੈਗੀ ਅਨੇਗਾ ਦੀ ਟਿਊਬ ਹਾਂਜੀ ਇਹਨੂੰ ਕਹਿੰਦੇ ਕਲਰ ਟਿਊਬ ਔਰ ਹਰਬਲ ਦੇ ਵਿੱਚ ਆਉਂਦੀ ਹੈ ਓਕੇ ਵੀਰੇ ਇਹ ਪ੍ਰੋਫੈਸ਼ਨਲ ਟਿਊਬ ਹੁੰਦੀ ਹੈ ਜਿੱਦਾਂ ਪਾਰਲਰ ਵਾਲੇ ਸਲੂਨ ਵਾਲੇ ਲਾਉਂਦੇ ਆ ਓਕੇ ਵੀਰੇ ਇਹਦੀ ਐਮ ਆਰ ਪੀ ਕਿੰਨੀ ਹੈ 150 ਰੁਪਏ ਐਮ ਆਰ ਪੀ ਹਾਂਜੀ ਵੀਰੇ ਪੈਣੀ ਕਿੰਨੇ ਦੀ 70 ਰੁਪਏ ਦੀ ਓਕੇ ਵੀਰੇ 140 ਰੁਪਏ ਦੀਆਂ 2 ਟਿਊਬਾਂ ਦਵਾਂਗਾ ਤੁਹਾਨੂੰ ਠੀਕ ਹੈ ਵੀਰੇ ਔਰ ਸ਼ੇਡ ਦੇਖੋ ਤੁਹਾਨੂੰ ਹਰੇਕ ਸ਼ੇਡ ਮਿਲ ਜਾਏਗਾ ਸਾਰੇ ਸ਼ੇਡ ਮਿਲ ਜਾਣਗੇ ਤੁਹਾਨੂੰ ਹੁਣ ਇਹ ਕਲਰ ਹੁੰਦਾ ਇਹਦੇ ਵਿੱਚ ਕਲਰ ਕਲਰ ਟਿਊਬ ਠੀਕ ਹੈ ਡਿਵੈਲਪਰ ਗਲਵਸ ਬ੍ਰੱਸ਼ ਸਾਰਾ ਕੁਛ ਹੁੰਦਾ ਇਹਦੇ 'ਚ
ਮੈਡੀਕਲ ਤੋਂ ਜਾਊਂਗੇ ਤੁਹਾਨੂੰ 150 ਰੁਪਏ ਦਾ ਮਿਲਣਾ, ਮੈਂ ਤੁਹਾਨੂੰ ਕਿੰਨੇ ਦਾ ਦੇਣਾ? 60 ਰੁਪਏ ਦਾ, ਸਿਰਫ 60 ਰੁਪਏ ਦਾ। ਠੀਕ ਹੈ। ਇਹ ਦੇਖੋ ਇਹ ਹੁੰਦਾ ਫੇਸ ਵਾਸ਼, ਤੁਸੀਂ ਸਲੂਨ 'ਤੇ ਚੱਲ ਜਾਓ, ਪਾਰਲਰ 'ਤੇ ਚੱਲ ਜਾਓ, ਤੁਹਾਨੂੰ ਵੈਰੀ ਵੈਰੀ ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਠੀਕ, ਬਹੁਤ ਵਧੀਆ ਜੀ। ਮੈਂ ਇਹ ਫੇਸ ਵਾਸ਼ ਵਗੈਰਾ ਹੈਗੇ ਸਾਰੇ? ਹਾਂਜੀ ਵੀਰੇ। ਤੁਸੀਂ ਮੈਡੀਕਲ 'ਤੇ ਜਾਊਂਗੇ 280 ਰੁਪਏ ਦਾ ਮਿਲੇਗਾ ਤੁਹਾਨੂੰ। ਕੰਪਨੀ ਦੀ ਚੀਜ਼ ਹੈ ਔਰ ਬਬਲਸ ਵਾਲਾ ਫੇਸ ਵਾਸ਼ ਹੈ ਔਰ ਅੱਧਾ ਕਿਲੋ ਫੇਸ ਵਾਸ਼ ਹੈ, ਤੁਹਾਨੂੰ ਕਿੰਨੇ ਦਾ ਪੈਣਾ? 80 ਰੁਪਏ ਦਾ। 300 ਵਾਲਾ 80 ਚ? 280 ਰੁਪਏ ਦਾ, ਸਿਰਫ 80 ਰੁਪਏ ਦਾ। ਓਕੇ ਵੀਰੇ, 300 ਦਾ ਹੀ ਹੋ ਗਿਆ ਸਮਝ ਲਾ। ਹਾਂ, 80 ਚ ਮਿਲ ਜਾਣਾ। ਹੁਣ ਇਹ ਸਾਰੇ ਬ੍ਰਸ਼ ਲੱਗੇ ਆ, ਸਾਰੇ ਬ੍ਰਸ਼ ਲੱਗੇ ਆ, ਮੇਕਅਪ ਬ੍ਰਸ਼ ਜਿਹਨੂੰ ਕਹਿੰਦੇ ਆ, ਹਨਾ। ਤੁਹਾਨੂੰ ਕਿੱਟ ਕਿੰਨੇ ਦੀ ਪੈਣੀ? 40 ਰੁਪਏ ਦੀ। ਅੱਛਾ, ਇੱਕ ਕਿੱਟ ਪੂਰੀ 40 ਰੁਪਏ ਦੀ। ਹਾਂ, ਤੁਸੀਂ 50 ਰੁਪਏ ਦਾ ਬ੍ਰਸ਼ ਵੇਚਣਾ ਸਿੰਗਲ। ਠੀਕ ਆ ਵੀਰੇ, ਤੁਸੀਂ ਇੱਕ ਬ੍ਰਸ਼ 50 ਦਾ ਵੇਚਣਾ, ਤੁਹਾਨੂੰ ਪੂਰੀ ਕਿੱਟ 40 ਰੁਪਏ ਦੀ। ਇੱਕ ਬ੍ਰਸ਼ ਨਹੀਂ, 50 ਰੁਪਏ ਦਾ, ਉਹਨੂੰ ਪੂਰੀ ਕਿੱਟ 40 ਰੁਪਏ ਦੀ। ਪੂਰੀ ਕਿੱਟ 40 ਰੁਪਏ ਦੀ। ਇਦੋਂ ਪਰੇ ਹੁਣ ਹੋਰ ਕੀ ਹੋ ਜੂ? ਮੈਂ ਕਿਹਾ ਗੱਲ ਸਾਰੀ ਰੇਟਾਂ ਦੇ ਮੁੱਕਦੀ ਹੈ। ਹਜੇ ਤਾਂ ਤੁਹਾਨੂੰ ਇੱਕ ਦੋ ਖਾਨੇ 'ਚ ਦੋ ਤਿੰਨ ਐਟਮਾਂ ਦਿਖਾਈਆਂ ਔਰ ਇਹ ਚੈੱਕ ਕਰ ਸਕਦੇ ਹੋ, ਧੁਰ ਤੱਕ ਖਾਨੇ ਹੀ ਖਾਨੇ ਲੱਗੇ ਆ। ਹੁਣ ਵਿੱਚੋਂ ਵਿੱਚੋਂ ਦਿਖਾਉਣੇ ਜਾਂਦੇ ਆ, ਜਿਹੜਾ ਸਾਰਾ ਤਾਂ ਦਿਖਾਉਣ ਨਹੀਂ ਲੱਗੇ, ਵਿੱਚੋਂ ਵਿੱਚ ਦਿਖਾਈ ਜਾਂਦੇ ਆ। ਬਿਲਕੁਲ ਬਿਲਕੁਲ, ਜੋ ਜੋ ਹੱਥ ਲੱਗਦਾ। ਹਾਂ, ਫੇਸ਼ੀਅਲ ਕਿੱਟਾਂ ਤੁਹਾਨੂੰ ਦਿਖਾਉਂਦੇ ਆ। ਹੁਣ ਇਹ ਦੇਖੋ, ਇਹ ਸਾਰੀਆਂ ਫੋਮਸ ਲੱਗੀਆਂ। ਹਾਂਜੀ, ਸ਼ੇਵਿੰਗ ਫੋਮ ਹੁੰਦੀਆਂ, ਵੀ ਜ਼ੋਨ ਦੀ ਸ਼ੇਵਿੰਗ ਫੋਮ ਹੈ, 100 ਰੁਪਈਆ ਐਮ ਆਰ ਪੀ, ਤੁਹਾਨੂੰ ਪੈਣੀ 48 ਰੁਪਏ ਦੀ। ਬੱਲੇ ਬਾਈ, 50% ਲੈਸ ਹੀ ਹੋ ਗਈ, 50 ਤੋਂ ਪਲੱਸ ਹੋ ਗਈ, 52% ਲੈਸ ਹੋ ਗਈ ਤੁਹਾਨੂੰ, ਕਿਉਂਕਿ ਕਈ ਵਾਰ ਵਿੱਚੋਂ ਟ੍ਰੇਡਿੰਗ ਦੇ ਮਾਲ ਮਿਲ ਜਾਂਦਾ। ਹਾਂਜੀ ਵੀਰੇ, ਆਪਾਂ ਕੱਢੀ ਦਾ, ਆਪਾਂ ਸਟਾਕ ਨਹੀਂ ਰੱਖੀ ਦਾ। ਓਕੇ ਵੀਰੇ, ਹੁਣ ਇਹ ਦੇਖੋ, ਇਹ ਫੋਮ ਹੈਗੀ ਆਰ ਕੇ ਦੀ, ਆਰ ਕੇ ਦੇ ਪਲੇਟ ਆਉਂਦੇ ਆ। ਹਾਂਜੀ ਹਾਂਜੀ, ਆਰ ਕੇ ਦੀ ਫੋਮ ਹੈ, ਇੱਕ ਦੇ ਉੱਤੇ ਦੇਖ ਲਓ 250 ਰੁਪਈਆ ਐਮ ਆਰ ਪੀ ਹੈ, ਦੂਜੇ ਪਾਸੇ। ਠੀਕ ਹੈ ਜੀ, ਇਹ ਦੇਖੋ 250 ਰੁਪਈਆ ਐਮ ਆਰ ਪੀ, ਫਰੈਸ਼ ਡੇਟ ਦਾ ਮਾਲ ਹੋਏਗਾ, ਤੁਹਾਨੂੰ ਪੈਣੀ 85 ਰੁਪੀਸ ਓਨਲੀ, 85 ਰੁਪਈਏ ਦਾ, 85 ਰੁਪਏ ਦੀ ਤੁਹਾਨੂੰ ਫੋਮ ਪੈਣੀ ਸਿਰਫ। ਨਹੀਂ, ਠੀਕ ਹੈ। ਠੀਕ ਹੈ ਜੀ, ਇਹ ਦੇਖੋ, ਇਹ ਪਾਊਡਰ ਹੁੰਦੇ ਆ ਨਾਈਆਂ ਦੇ, ਇਹ ਪਾਊਡਰ ਹੈ ਜੀ, ਇੱਕ ਪਾਊਡਰ ਦੇ ਉੱਤੇ ਐਮ ਆਰ ਪੀ ਹੈਗੀ 72 ਰੁਪਏ। ਓਕੇ ਬਾਈ, ਤੁਹਾਨੂੰ 20 ਰੁਪਏ ਦਾ ਦੇਵਾਂਗਾ। 72 ਵਾਲਾ 20 ਜੀ ਦੇ ਦਿਓ, 20 ਰੁਪਏ ਦਾ ਨਾਈਆਂ ਵਾਲੇ ਪਾਊਡਰ ਹੈ, ਲੇਡੀਜ਼ ਵੀ ਯੂਜ਼ ਕਰਦੀਆਂ, ਜਿਨ੍ਹਾਂ ਨੇ ਵੈਕਸ ਕਰਨੀ ਹੈ, ਵੈਕਸ ਪਾਊਡਰ ਵੀ ਯੂਜ਼ ਹੁੰਦਾ। ਓਕੇ, ਠੀਕ ਹੈ ਜੀ। ਔਰ ਹੁਣ ਜੇ ਵਧੀਆ ਪ੍ਰੋਫੈਸ਼ਨਲ ਪਾਰਲਰ ਹੈਗਾ, ਉਹ ਫਿਰ ਇੱਦਾਂ ਦੇ ਸੋਹਣੇ ਸੋਹਣੇ ਲੈ ਕੇ ਜਾਂਦੇ ਪਾਊਡਰ। ਵਾਈਟ ਡਾਇਮੰਡ ਦਾ ਪਾਊਡਰ ਹੈ, ਫਰੈਗਨੈਂਸ ਇੰਨੀ ਘੈਂਟ ਹੈ, ਪੈਣਾ ਕਿੰਨੇ ਦਾ? 40 ਰੁਪਏ ਦਾ। ਵੈਸੇ ਕਿੰਨੇ ਦਾ ਹੈ? ਉੱਦਾਂ ਦੇਖ ਲਓ, ਰੱਬ ਤੁਹਾਡਾ ਭਲਾ ਕਰੇ, 125 ਰੁਪਏ ਐਮ ਆਰ ਪੀ। 40 'ਚ ਦੇ ਦੂੰਗੇ, 40 ਰੁਪਏ ਦਾ ਸਿਰਫ, ਵਾਈਟ ਡਾਇਮੰਡ ਕੰਪਨੀ ਦਾ। ਮੇਰੇ ਨਾਈ ਭਰਾ ਆ ਜਾਓ, ਚੱਕ ਲਓ ਜਿਹਨਾਂ ਚੱਕ ਹੁੰਦਾ। ਮੈਂ ਕਿਹਾ ਮੰਗਲਵਾਰ ਪਰਮਾਤਮਾ ਦੀ ਮਿਹਰ ਨਾਲ ਇੰਨਾ ਰਸ਼ ਹੁੰਦਾ, ਖੋ ਖੋ ਕੇ ਮਾਲ ਲੈਂਦੇ ਆ। ਇਹ ਦੇਖੋ, ਅੱਜ ਤਾਂ ਸੋਮਵਾਰ ਆ, ਮੰਡਿਆ ਤਾਂ ਕਰਕੇ ਮੈਂ ਵੀਡੀਓ ਬਣਾਉਣਾ ਹੈ, ਨਹੀਂ ਤਾਂ ਰਸ਼ ਦਾ ਟਾਈਮ। ਮੈਂ ਦੇਖੋ, ਬਾਇਓ ਦੀ ਬਲੀਚ ਹੈ। ਹਾਂਜੀ ਵੀਰੇ, ਐਮ ਆਰ ਪੀ ਕਿੰਨੀ ਹੈ? 360 ਰੁਪਏ ਐਮ ਆਰ ਪੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਕਮਾਉਣਾ ਹੀ ਕਮਾਉਣਾ। ਠੀਕ ਹੈ ਜੀ, ਇਹ ਦੇਖੋ, ਬੇਬੀ ਆਈਟਮ ਵੀ ਹੁੰਦੀ ਹੈ ਆਪਣੇ ਕੋਲ, ਆਹ ਬੋਨੀ ਦੀ ਬੋਟਲ ਹੈ ਜੀ, ਬੱਚਿਆਂ ਲਈ ਚੁੰਘਣੀਆਂ ਕਹਿ ਦਿੰਦੇ, ਹਾਂ, ਦੁੱਧ ਪੀਂਦੇ ਬੱਚੇ ਇਹਦੇ 'ਚ। ਹਾਂਜੀ, 55 ਰੁਪਏ ਐਮ ਆਰ ਪੀ ਹੈ। ਠੀਕ ਹੈ ਜੀ, ਹਾਂਜੀ ਵੀਰੇ, ਪੈਣੀ ਕਿੰਨੇ ਦੀ ਹੈ? 18 ਰੁਪਏ ਦੀ, 55 ਵਾਲੀ 18 ਦੇ ਦਿਓ, 18 ਰੁਪਏ ਦੀ। ਔਰ ਮੈਡੀਕਲ 'ਤੇ ਲੈਣ ਜਾਊਂਗੇ, ਇਹਨਾਂ ਨੇ ਕਹਿਣਾ 55 ਵਾਲੀ 50 ਦੇ ਦਿਓ। ਇਹ ਤਾਂ ਗੱਲ ਹੈ, ਬੰਦਾ ਹੱਸ ਕੇ ਪੈਸੇ ਮੰਗਦਾ, ਮੰਗਦਾ ਅਗਰ ਲੋੜ ਹੁੰਦੀ ਹੈ ਬਾਈ। ਹਾਂ, ਅਤੇ ਤੁਹਾਨੂੰ ਕਿੰਨੇ ਦੀ ਪੈਣੀ? 18 ਰੁਪਏ ਦੀ, 18 ਰੁਪਏ ਜਾ ਕੇ। ਇਹ ਦੇਖੋ, ਅੱਗੇ ਆ ਜਾਓ, ਇਹ ਡੰਮੀ ਵਗੈਰਾ ਤੁਹਾਨੂੰ ਮਿਲ ਜਾਏਗੀ, ਡੰਮੀਆਂ ਮਿਲ ਜਾਣਗੀਆਂ ਤੁਹਾਨੂੰ। ਇੱਦਾਂ ਕਿੰਨੇ ਦੀ ਡੰਮੀ? 400 ਰੁਪਏ ਤੋਂ ਸਟਾਰਟ ਹੋ ਜਾਂਦੀ ਸਾਡੇ ਕੋਲ।